ਬਕਵਾਸ ਕਰਦਾ ਨਾ ਲੱਗ ਤੂੰ ਵੀ ਬਕਵਾਸ ਕਰ ਕਾਂਜੀ ਵੇਚਣੀ ਅਗਲੇ ਭਾਵੇਂ ਕੱਚੀ ਲੱਸੀ ਵੇਚਣੀ ਲੈ ਕੇ ਆਇਆ ਉੱਥੋਂ ਪੁਰਾਣਾ ਸਮਾਨ ਲੈ ਕੇ ਆਇਆ ਜਨਾਬ ਕੈਸੀ ਚੱਲ ਰਹੀ ਹੈ ਵੈਗਨ ਐਸੀ ਉਹੀ ਵੈਗਨ ਨਾ ਤੁਹਾਡੀ ਜਿਹਦੇ ਪਿੱਛੇ ਲਿਖਿਆ ਚੌਧਰੀ ਚਿੜਾ ਓਏ ਬਕਵਾਸ ਨਾ ਕਰੇ ਘਰ ਬਦਤਮੀਜ਼ਾ ਚੌਧਰੀ ਲਿਖਿਆ ਚਿੜਾ ਉਂਝ ਬਣਿਆ ਲੱਖ ਲਾਨਤ ਹੈ ਚਿੜਾ ਉਂਝ ਬਣਿਆ ਚਵਲ ਜਿਹਾ ਪਤਾ ਪੁਤਾ ਇਹਨੂੰ ਹੈ ਹੀ ਨਹੀਂ ਇਹਨੂੰ ਪਤਾ ਨਹੀਂ ਬਣਿਆ ਨਹੀਂ ਤੁਹਾਡੀ ਫੋਟੋ ਲੱਗੀ ਦੁਰ ਮੈਂ ਪੁੱਛਣਾ ਕੈਸੀ ਚੱਲ ਰਹੀ ਹੈ ਵੈਗਨ ਐਸੀ ਚੱਲ ਰਹੀ ਹੈ ਥਾਂ ਥਾਂ ਤੇ ਜੁੱਤੀਆਂ ਪੈਣ ਲਈ ਮੈਨੂੰ ਤੁਹਾਡੀ ਵੈਗਨ ਦੀ ਵਜ੍ਹਾ ਤੋਂ ਉਹ ਕਿਉਂ ਜੀ ਉਹ ਕਿਉਂ ਜੀ ਬੇੜੇ ਗਰਕ ਹੋਏ ਪਏ ਨੇ ਟੁੱਟੀ ਭੱਜੀ ਵੈਗਨ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਅਗਲੇ ਕਹਿੰਦੇ ਹੋ ਇਹਦੇ 'ਚ ਇਨਸਾਨ ਦੇ ਬੱਚੇ ਸਕੂਲ ਲੈ ਕੇ ਜਾਂਦਾ ਇਹਦੇ 'ਚ ਕੁੱਤੇ ਦੇ ਬੱਚੇ ਖੜਨੇ ਚਾਹੀਦੇ ਨੇ ਤੇ ਤੂੰ ਵਿੱਚ ਬੈਠਾ ਨਹੀਂ ਹੁੰਦਾ ਹੁਣ ਲੋਕ ਕਿਉਂ ਐ ਮਿਸਾਲ ਦਿੰਦੇ ਨੇ ਜਿਹੋ ਜੀ ਤੁਹਾਡੀ ਗੱਡੀ ਉਹੋ ਜਿਹੀਆਂ ਮਿਸਾਲਾਂ ਮਿਲਣੀਆਂ ਨੇ ਕੱਲ੍ਹ ਕਤਲ ਪੈ ਚੱਲਾ ਸੀ ਮੇਰੇ ਤੇ ਗੱਡੀ ਦੀ ਵਜ੍ਹਾ ਕਿਉਂ ਜੀ ਉਹ ਸਾਰੀ ਹਿਲਜੁਲ ਗੱਡੀ ਇਹ ਚੱਲਦੀ ਸਾਰਾ ਲੱਗਦਾ ਪਤਾ ਨਹੀਂ ਕੀ ਹੋ ਗਿਆ ਇੱਕ ਬਜ਼ੁਰਗ ਔਰਤ ਨੂੰ ਮੈਂ ਬਾ ਲਿਆ ਅੱਛਾ ਮੈਂ ਗੱਡੀ ਚਲਾਈ ਹੈ ਗੱਡੀ ਹਿੱਲੀ ਹੈ ਉਹਨੇ ਕਿਹਾ ਹਾਏ ਜ਼ਲਜ਼ਲਾ ਉੱਥੇ ਹੀ ਮਰ ਗਈ ਉਹ ਜਾਪਾਨ ਦਾ ਮੈਂ ਪੁਰਜ਼ਾ ਲਵਾਇਆ ਐਡਾ ਮਹਿੰਗਾ ਅੱਛਾ ਜੀ ਉਹਦੀ ਵਜ੍ਹਾ ਤੋਂ ਪਰ ਕਰਦੀ ਹੈ ਇਸ ਤਰ੍ਹਾਂ ਬੰਦੇ ਆਰਾਮ ਨਾਲ ਬਹਿ ਕੇ ਤੇ ਸੌਂ ਜਾਂਦੇ ਨੇ ਤੇ ਉਹ ਲਵਾਇਆ ਤੇ ਮੈਨੂੰ ਵੀ ਤਾਂ ਦੱਸੋ ਨਾ ਮੈਂ ਡਰਾਈਵਰ ਉਹ ਪਰ ਕਰਦੀ ਰਹਿੰਦੀ ਮੈਂ ਹੋਰ ਬਕਵਾਸ ਨਾ ਕਰ ਕਿੱਥੇ ਹੀ ਹੁਣ ਵੈਗਨ ਕਿੱਥੇ ਹੀ ਤੁਸੀਂ ਬਹੁਤ ਮੈਨੂੰ ਜ਼ਲੀਲ ਕਰਵਾਇਆ ਮੈਂ ਤੁਹਾਨੂੰ ਦੱਸ ਦਿਆਂ ਉਹ ਕਿਉਂ ਜੀ 2 ਮੀਲ ਦਾ ਲੰਮਾ ਸਫ਼ਰ ਕਰਾਇਆ ਇਹਨਾਂ ਨੇ ਮੈਨੂੰ ਅੱਛਾ ਜੀ ਖਾਮ ਖਾਈ ਫੇਰਾ ਪਵਾ ਤਾ ਕਿਵੇਂ ਉਹ ਕਾਰ 'ਚ ਬਹਿ ਕੇ ਲੰਘੇ ਮੇਰੇ ਕੋਲੋਂ ਮੈਨੂੰ ਇਹ ਮੂੰਹ ਕੱਢ ਕੇ ਵੇਖਣ ਡੇ ਮੈਂ ਵੈਗਨ ਤੋਂ ਸਵਾਰੀਆਂ ਲਾਈਆਂ ਇਹਨਾਂ ਦੇ ਮਗਰ 2 ਮੀਲ ਦੂਰ ਜਾ ਕੇ ਪਤਾ ਕਾਰ 'ਚ ਤੇ ਚੌਧਰੀ ਸਾਹਿਬ ਹੈ ਹੀ ਨਹੀਂ ਤੇ ਉਹ ਕੌਣ ਸੀ ਉਹ ਜਿਹੜਾ ਕਾਰ ਚਲਾਉਣ ਡਿਆ ਸੀ ਉਹਨੇ ਕੋਹਣੀ ਮਾਰ ਕੱਢੀ ਮੈਂ ਵੀ ਕੈਸਾ ਜਾਹਿਲ ਦਾ ਬੱਚਾ ਵੀ ਗੌਰ ਨਾਲ ਸੁਣ ਰਿਹਾ ਮੈਂ ਨਾ ਵੈਗਨ ਕਿੱਥੇ ਬੋਰੀ 'ਚ ਦੁਰ ਵੈਗਨ ਕਿੱਥੇ ਵੈਗਨ ਦਾ ਹੀ ਦੱਸਣ ਡਿਆ ਬੋਰੀ 'ਚ ਸਟਾਰਟ ਕਰਕੇ ਬਾਹਰ ਕੱਢੀ ਸਟਾਰਟ ਕਰਕੇ ਅੱਛਾ ਮੈਂ ਵੈਗਨ ਦੀ ਗੱਲ ਕਰਨਾ ਕਿ ਬੋਰੀ ਵਿੱਚ ਵੈਗਨ ਬੋਰੀ ਵਿੱਚ ਆ ਸਕਦੀ ਇਹ ਸਹੀ ਤੇ ਜੇ ਆ ਜੇ ਤੇ ਆ ਸਕਦੀ ਚਾਚਾ ਵੈਸੇ ਉਹ ਕਮਾਲ ਉਹ ਜਦੋਂ ਚੂਈ ਧੋਤੀ 'ਚ ਆ ਸਕਦੀ ਇਸ ਨੂੰ ਲੈ ਜਾ ਮੈਂ ਮਾਰ ਦੇਣੇ ਦੁਨੀਆਂ ਤੇ ਪਹਿਲੇ ਬਗਲਾ ਆਇਆ ਸੀ ਕਿ ਤੁਸੀਂ ਮੇਰੀ ਏਡੀ ਜਨਰਲ ਨੌਲੇਜ ਤੇ ਨਹੀਂ ਲੇਕਿਨ ਫਿਰ ਵੀ ਮੈਨੂੰ ਲੱਗਦਾ ਬਈ ਬਗਲਾ ਹੀ ਆਇਆ ਹਾਂ ਤੁਸੀਂ ਬਾਅਦ 'ਚ ਆਇਓ ਬਗਲਾ ਨੁਮਾ ਇਹ ਦੱਸ ਵੀ ਦੁਨੀਆਂ 'ਚ ਪਹਿਲੇ ਤੂੰ ਆਇਆ ਸੀ ਕਿ ਤੇਰਾ ਪਿਓ ਮੇਰਾ ਪਿਓ ਆਇਆ ਜਦੋਂ ਇੱਕ ਬਗੈਰਤ ਆ ਗਿਆ ਸੀ ਤੇਰੀ ਕੀ ਲੋੜ ਸੀ ਇਹ ਤਾਂ ਗੁੱਸਾ ਹੀ ਕਰ ਗਏ ਤੁਸੀਂ ਨਹੀਂ ਗੱਲ ਲੌਜਿਕ ਦੀ ਮੈਂ ਗੱਲ ਹੋਰ ਕਰਨਾ ਤੂੰ ਗੱਲ ਹੋਰ ਕਰਨਾ ਐਡੇ ਸਿਆਣੇ ਤੁਸੀਂ ਦੱਸੋ ਤੁਸੀਂ ਦੁਨੀਆਂ ਤੇ ਪਹਿਲੇ ਆਇਆ ਸੋ ਕਿ ਤੁਹਾਡਾ ਪਿਓ ਐਡੀ ਮੇਰੀ ਜਨਰਲ ਨੌਲੇਜ ਨਹੀਂ ਆਪਣੀ ਐਡੀ ਮੈਨੂੰ ਤੂੰ ਚਾਚਾ ਆਇਆ ਹੋਣਾ ਪਹਿਲਾਂ ਹੋ ਸਕਦਾ ਹੈ ਕਮਾਲ ਹੋ ਗਈ ਏਡੀ ਲਿਖਤ ਪੜ੍ਹ ਉਸ ਵੇਲੇ ਨਹੀਂ ਸੀ ਹੁੰਦੀ ਉਦੋਂ ਤੇ ਬੱਚੇ ਦਾ ਵੀ ਇੰਜ ਹੀ ਦੱਸ ਤੇਰਾ ਵੱਡਾ ਮੁੰਡਾ ਕਦੋਂ ਜੰਮਿਆ ਆ ਜਦੋਂ ਚੌਧਰੀਆਂ ਦੀ ਮੱਝ ਸੂਈ ਸੀ ਨਾ ਇੰਜ ਹੀ ਕੋਈ ਹਿਸਾਬ ਸੀ ਤੇ ਹੁਣ ਵੈਗਨ ਕਿੱਥੇ ਬੋਰੀ 'ਚ ਦੁਰ ਮੈਂ ਪੁੱਛਣਾ ਵੈਗਨ ਕਿੱਥੇ ਮੈਂ ਦੱਸਣਾ ਬੋਰੀ 'ਚ ਇਹ ਲੈ ਕੇ ਕੀ ਆਇਆ ਫਿਰ ਮੈਨੂੰ ਇਹ ਦੱਸ ਵੈਗਨ ਹੈ ਕਿੱਥੇ ਇਹ ਆ ਗਿਆ ਟਾਇਰ ਹਾਂ ਮੈਂ ਜਨਾਬ ਹੋਇਆ ਭਲਾ ਕੀ ਹੈ ਮੈਂ ਗਿਆ ਬਲਾਲਗੰਜ ਅੱਛਾ ਤੁਹਾਡੀ ਗੱਡੀ ਪੁਰਾਣੀ ਉੱਥੋਂ ਵੀ ਪੁਰਾਣੀਆਂ ਪੁਰਾਣੀਆਂ ਗੱਡੀਆਂ ਸਨ ਉਹਨਾਂ ਨੂੰ ਵੇਖ ਕੇ ਖੁੱਲ ਗਈ ਉੱਥੇ ਖੁੱਲ ਗਈ ਕੀ ਮਤਲਬ ਕਹਿੰਦੀਆਂ ਗਾਲਾਂ ਕੱਢਣ ਲੱਗ ਪਏ ਨਹੀਂ ਸਮਝੇ ਮੈਂ ਕਿਹਾ ਉਹਨਾਂ ਨੂੰ ਠੀਕ ਕਰਾ ਲਓ ਮੈਂ ਛੱਤ ਲਵਾਈ ਉਹਦੀ ਅੱਛਾ ਫਿਰ ਉਹ ਦੀਵਾਰਾਂ ਬੁਰੀਆਂ ਬੁਰੀਆਂ ਲੱਗਣ ਮੈਨੂੰ ਅੱਛਾ ਮੈਂ ਉਹ ਵੀ ਲਵਾਤੀ ਠੀਕ ਹੈ ਫਿਰ ਉਹ ਸੀਟਾਂ ਉੱਚੀਆਂ ਉੱਚੀਆਂ ਮੈਂ ਕਿਹਾ ਵੀ ਲਵਾਓ ਠੀਕ ਹੈ ਫਿਰ ਉਹ ਫਰਸ਼ ਵੀ ਗਲਿਆ ਸੀ ਮੈਂ ਕਿਹਾ ਵੀ ਲਵਾਓ ਠੀਕ ਹੈ ਫਿਰ ਉਹ ਰਹਿ ਗਿਆ ਇੰਜਣ ਤੇ ਉਹ ਇੱਕ ਮੁੰਡਾ ਕਹਿੰਦਾ ਤੂੰ ਖੋਲ ਸਕਦਾ ਅੱਛਾ ਤੇ ਤੁਹਾਨੂੰ ਪਤਾ ਮੈਨੂੰ ਜਦੋਂ ਜ਼ਿੱਦ ਚੜ੍ਹ ਜਾਏ ਤੇ ਹਾਂ ਨਹੀਂ
ਮੈਂ ਫੜਿਆ ਉੱਥੋਂ ਵੱਡਾ ਥੌੜਾ। ਅੱਛਾ, ਤੁਸੀਂ ਤੇ ਛੋਟੀ ਥੌੜੀ ਹੋ ਨਾ ਕਿੱਲ ਪੁੱਟਣ ਵਾਲੀ। ਦੁਰ ਦੁਰ ਜਾਏ, ਮੈਂ ਉਸਦੀ ਗੱਲ ਨੂੰ ਅਵਾਇਡ ਕਰ ਰਿਹਾ, ਤੂੰ ਰਿਸਪਾਂਸ ਦੇ ਰਹੀ। ਅੱਛਾ, ਮੈਂ ਹਥੌੜਾ ਫੜ ਕੇ ਠੋ ਬਾਕੀ ਦੀ ਬੈਗ। ਬਾਕੀ ਦੀ ਬੈਗ? ਉਹ ਆਹੋ ਜਿਹੜਾ ਸਮਾਨ ਉੱਥੇ ਵੇਚ ਗਿਆ ਉੱਥੇ ਬਾਕੀ ਮੈਂ ਲੈ ਆਉਂਦਾ। ਵੈਗਨ ਵੇਚ ਆਏ? ਮੈਂ ਵੇਖੋ ਸੀ ਨਾ, ਆਏ ਹੁਣ ਟੋਟਲ ਸਾਡੀ ਵੈਗਨ ਹੈ, ਇਹ ਸਾਰੀ ਵੈਗਨ ਆਏ। ਵੈਗਨ ਹੈ ਜੀ, ਆ ਬੈਠੋ ਜੀ। ਨਾ ਬਹਿਣਾ, ਬਹੁਤ ਤੇਜ਼ ਚਲਾਉਂਦੇ ਜੀ। ਕਿੰਨੀ ਵਾਰੀ ਕਿਹਾ ਹੌਲੀ ਚਲਾਇਆ ਕਰੋ। ਓਏ ਆਏ ਵੈਗਨ ਹੈ। ਚਾਚਾ ਬ੍ਰੇਕ ਨਾ ਲਾਈ, ਤੂੰ ਧੋਤੀ ਬੰਨੀ। ਐਡੀ ਮਸ਼ਹੂਰ ਵੈਗਨ ਸੀ ਕਿ ਛੋਲਾ ਬਾਈ ਸੀ। ਸਹੀ ਗੱਲ, ਮੈਂ 400 ਵੈਗਨਾਂ ਦੇ ਵਿੱਚੋਂ ਮੈਂ ਆਪਣੀ ਵੈਗਨ ਪਛਾਣ ਲੈਣੀ। ਪੁਰਾਣੀ ਐਡੀ ਸੀ, ਏਸ਼ੀਆ ਦੀ ਪਹਿਲੀ ਕੁਦਰਤੀ ਏਅਰ ਕੰਡੀਸ਼ਨ ਵੈਗਨ। ਹਾਂ, ਸ਼ੀਸ਼ਾ ਹੀ ਕੋਈ ਨਹੀਂ ਸੀ। 2005 ਇਸ ਨੂੰ ਅਵਾਰਡ ਹੋਇਆ ਸੀ। ਉਹ ਕਹਦਾ ਹਾਰਨ ਤੋਂ ਇਲਾਵਾ ਇਸਦੀ ਹਰ ਸ਼ੈ ਵੱਜਦੀ ਸੀ। ਏਡੀ ਜਵਾਨੀ ਮੈਂ ਕਿਸੇ ਵੈਗਨ ਤੇ ਨਹੀਂ ਵੇਖੀ। ਏਡੀ ਸ਼ਰਮ ਵਾਲੀ ਵੈਗਨ, ਅੱਛਾ ਅੱਜ ਤੱਕ ਕਿਸੇ ਵੱਲ ਕਦੀ ਬੋਨਟ ਚੁੱਕ ਕੇ ਨਹੀਂ ਵੇਖਿਆ। ਏਡੀ ਸ਼ਰਮ, ਸ਼ੇਖਪੁਰੇ ਇੱਕ ਟਰੱਕ ਦਾ ਰਿਸ਼ਤਾ ਇਸਦਾ ਆਇਆ ਤੇ ਕੀਤਾ ਕਿਉਂ? ਉਹ ਟਰੱਕ ਨੇ ਜਵਾਬ ਦੇ ਦਿੱਤਾ ਸੀ। ਕਿਉਂ? ਇਹਦੇ ਡੈਸ਼ਬੋਰਡ 'ਚੋਂ ਟਰਾਲੇ ਦੀਆਂ ਤਸਵੀਰਾਂ ਨਿਕਲ ਆਈਆਂ ਸੀ। ਇਹ ਤਾਂ ਤੁਹਾਡੀ ਬੇਵਕੂਫੀ ਹੈ ਨਾ, ਜੇ ਟਰਾਲੇ ਦੀਆਂ ਤਸਵੀਰਾਂ ਨਿਕਲੀਆਂ ਸੀ ਤੁਸੀਂ ਵੈਗਨ ਦਾ ਵਿਆਹ ਟਰਾਲੇ ਨਾਲ ਕਰ ਦਿੰਦੇ। ਐਵੇਂ ਅਸੈਮਨਟੀ ਦਾ ਵੀ ਤਾਂ ਬਾਜ਼ਾਰੋਂ ਨਾਲ ਹੋਇਆ ਹੀ ਹੈ। ਐਵੇਂ ਇਲਜ਼ਾਮ ਲਾ ਰਹੇ ਮੇਰੀ ਵੈਗਨ ਤੇ? ਤੁਹਾਨੂੰ ਪਿਛਲੇ ਸਾਲ ਹੀ ਮੈਂ ਕਿਹਾ ਸੀ ਚੌਧਰੀ ਸਾਹਿਬ ਇਹਦੇ ਟਾਇਰ ਪੀਲੇ ਕਰ ਦਿਓ, ਨਹੀਂ ਤੇ ਇਹਨੇ ਬੰਪਰ ਕਾਲਾ ਕਰਕੇ ਨਿਕਲ ਜਾਣਾ ਜੀ। ਅੱਲਾ ਜਾਣਦਾ ਤੇਰੀ ਗੱਲ ਮੈਂ ਉਸ ਵੇਲੇ ਮੰਨੀ ਹੁੰਦੀ ਤੇ ਹੁਣ ਨਿੱਕੀਆਂ ਨਿੱਕੀਆਂ ਦੋਸਤ ਦੁਖੀਆਂ ਹੋਣੀਆਂ। ਸਕੂਟਰ ਵੀ ਹੋ ਸਕਦਾ ਸੀ ਮਿਸਤਰੀ ਦੇ ਕੰਮਾਂ ਦਾ ਕੀ ਪਤਾ। ਏਸੀ ਆਲਾ ਵੈਗਨ ਵੀ ਕਦੀ ਕਦੀ ਮੇਰਾ ਦਿਲ ਕਰਨਾ ਆਪ ਮੈਂ ਇਸ ਦਾ ਕਲਚ ਦਬਾ ਕਰੀ ਦਾ। ਤੈਨੂੰ ਕੀ ਹੋਇਆ? ਇੰਜ ਗੱਲ ਮੈਂ ਇਸ ਦਾ ਕਲਚ ਦਬਾ ਕੇ ਰਿਵਰਸ ਮੈਂ ਕਲਚ ਦਬਾ ਕੇ ਹਲੇ ਤੇ ਮੈਂ ਹੱਥ ਪਾਇਆ। ਮੈਂ ਤੇ ਉਸੇ ਫਲੋ ਚ ਲੱਗਾ। ਇਸ ਦਾ ਮੈਂ ਕਲਚ ਦਬਾ ਕੇ ਖਬਰੇ ਮੈਂ ਅਗਲਾ ਲਾਣਾ। ਮੈਂ ਕਿਹੜਾ ਬੋਲਿਆ? ਪਹਿਲੇ ਤੂੰ ਤਿਆਰ ਬੈਠਾ। ਵੈਸੇ ਮੈਂ ਅੱਲਾ ਜਾਣਦਾ ਚੈੱਕ ਕੀਤਾ, ਇਹਨੇ ਨਹੀਂ ਲਾਉਣ ਦੇਣਾ ਤੁਹਾਨੂੰ ਰਿਵਰਸ। ਮੈਂ ਕਲਚ ਦਬਾ ਕੇ ਮੈਂ ਤੇ ਏਡੀ ਆਸਥਾ ਲਾਇਆ ਕਿ ਇਹਦੀ ਚੀਕ ਨਿਕਲਣੀ ਨਹੀਂ ਚਾਹੀਦੀ। ਹੌਸਲਾ ਕਰੋ ਚੌਧਰੀ ਸਾਹਿਬ, ਵੈਗਨਾਂ ਤੇ ਤਨ ਪਰਾਇਆ ਵੇ ਬਾਬਲਾ। ਕਿੰਨੇ ਦੀ ਵੇਚ ਕੇ ਆਇਆ? ਇਹ ਜੀ ਬਸ ਲੋਹਿਆ ਜਿਹਾ ਸਾਰਾ ਕੁਝ 10,000 ਦਾ ਵਿਕ ਗਿਆ। ਚੱਲਿਆ ਔਰੰਗਜ਼ੇਬ 10,000 ਰੁਪਈਆ ਕਹਿੰਦਾ 10,000, 15,000 ਤੁਹਾਡੇ ਕੋਲ ਲੈਣਾ ਮੈਂ ਤਨਖਾਹਾਂ ਦਾ।
ਅੱਛਾ ਬਕਵਾਸ ਨਾ ਕਰ, ਕਾਗਜ਼ ਦੇ ਰਹੇ ਇਸਦੇ 5000 ਬਾਕੀ ਦਿਓਗੇ ਤੇ ਕਾਗਜ਼ ਮਿਲ ਜਾਣਗੇ ਤੁਹਾਨੂੰ, ਮੇਰੇ ਕੋਲ ਨੇ ਕਾਗਜ਼। ਚੱਲ ਜਾ ਦਫਾ ਹੋ ਜਾ। ਚੱਲੇ ਆ ਖਾਲਾ ਜੀ, ਕੋਠੇ ਤੇ ਨਾ ਚੜਿਆ ਕਰੋ। ਕਿਉਂ? ਵਜ੍ਹਾ ਕੀ? ਉਹ ਮੁੰਡੇ ਮੈਨੂੰ ਪੁੱਛਦੇ ਨੇ ਕਿ ਚੌਕ ਦੀ ਸਾਹਮਣੇ ਨਵਾਂ ਗੀਜ਼ਰ ਲਿਆਂਦਾ ਹੈ। ਯਾਰ ਤਾਂ ਤੈਨੂੰ ਆਪਣੀ ਮਾਵਾਂ ਜਿੱਡੀ ਹੈ ਤੇਰੇ। ਮਾਂ ਹੈ ਸਾਡੀ ਔਰ ਮਾਂ ਦੀ ਅਸੀਂ ਇੱਜ਼ਤ ਕਰਨੇ ਆ, ਤੁਹਾਡਾ ਕੀ ਮਤਲਬ ਹੈ? ਅਸੀਂ ਮਾਂ ਦੇ ਬੇਅਦਬ ਆ? ਜਿਹੜਾ ਮਾਂ ਦਾ ਬੇਅਦਬ, ਮਾਂ ਦੀ ਜਿਹੜਾ ਇੱਜ਼ਤ ਨਹੀਂ ਨਾ ਕਰਦਾ ਮਾਸੀ, ਉਹਦਾ ਮੂੰਹ ਹੋਰ ਅੰਦਰ ਵੜ ਜਾਂਦਾ ਈ। ਤੇ ਜਿਹੜਾ ਕਹਿਣ ਡਿਆ ਉਹਦਾ ਕਿੰਨਾ ਬਾਹਰ ਹੈ? ਅੱਛਾ ਜਾ ਦਫਾ ਜਾ, ਗੱਲਾਂ ਨਾ ਕਰ। ਉਹਨੂੰ ਸਮਝਾ ਰਿਹਾ ਕਿ ਮਾਂ ਦੀ ਇੱਜ਼ਤ ਕਰੀ ਦੀਏ। ਮਾਂ ਦੀ ਸ਼ਾਨ ਬਾਰੇ ਤੇ ਸ਼ਾਇਰ ਨੇ ਕਿਹਾ, ਖੂਬ ਲਿਖਿਆ ਚੌਧਰੀ ਇਕਬਾਲ ਸਾਹਿਬ ਨੇ, ਆਇਆ ਹੈ ਮਾਂ ਏ ਜ਼ਮੀਨ ਦਾ ਰੱਬ ਲੋਕੋ, ਕਿਉਂ ਨਹੀਂ ਜਾਣਦੇ ਇਹ ਸਭ ਲੋਕੋ, ਮਾਂ ਮਾਲੀ ਪੁੱਤਰ ਬੂਟਾ, ਉਹ ਜੰਨਤ ਇਹ ਜੰਨਤ ਦਾ ਝੂਟਾ, ਇਹ ਤੇ ਮੌਤ ਨੂੰ ਵੀ ਜਾਂਦੀ ਜੇ ਚੱਬ ਲੋਕੋ, ਮਾਂ ਏ ਜ਼ਮੀਨ ਦਾ ਰੱਬ ਲੋਕੋ। ਜਣੇ ਨੇ ਗੱਲ ਬੜੀ ਵੱਡੀ ਕੀਤੀ। ਅੱਜ ਮੇਰੀ ਵੈਗਨ ਜਿਉਂਦੀ ਹੁੰਦੀ ਤੇ ਮੈਂ ਇਸਦੇ ਪਿੱਛੇ ਲਿਖਾਉਣਾ ਸੀ। ਜਿਹੋ ਜੀ ਵੈਗਨ ਸੀ ਚਾਚਾ, ਉਹਦੇ ਪਿੱਛੇ ਜੋ ਲਿਖਿਆ ਸੀ ਉਹ ਹੀ ਠੀਕ ਸੀ। ਇਹਦੇ ਪਿੱਛੇ ਲਿਖਿਆ ਸੀ, ਤੂੰ ਉੱਤੋਂ ਲੰਘ ਜਾ ਸਾਡੀ ਖੈਰ। ਦਫਾ ਜਾ ਮੇਰੀਆਂ ਨਜ਼ਰਾਂ ਦੇ ਸਾਹਮਣੇ, ਬਸ ਹੁਣ ਕੱਖ ਨਹੀਂ ਬਚਿਆ। ਚਾਚਾ ਚਾਚਾ ਤੇਰੀ ਵੈਗਨ ਆ ਸਕਦੀ ਨਵੀਂ ਦੀ ਨਵੀਂ। ਉਹ ਕਿਵੇਂ? ਆ ਸ਼ੇਖ ਮੋਹਸਨ ਨਹੀਂ ਸੀਟੀ ਬ੍ਰੈਡ ਵਾਲੇ, ਉਹਨਾਂ ਨੂੰ ਕਹਿ ਉਹਨਾਂ ਦੀਆਂ ਗੱਡੀਆਂ ਲਾਹੌਰ 'ਚ ਫਿਰਦੀਆਂ ਸੀਟੀ ਬ੍ਰੈਡ ਵਾਲਿਆਂ ਦੀ, ਤੈਨੂੰ ਪੂਰੀ ਵੈਗਨ ਦੀ ਵੈਗਨ ਮਿਲ ਜਾਏਗੀ। ਮੈਂ ਹੁਣ ਸਾਰੀ ਜ਼ਿੰਦਗੀ ਡੱਬ ਰੋਟੀਆਂ ਸਪਲਾਈ ਕਰਾਂ। ਮੈਂ ਕਿਹਾ ਸੋਚੋ ਕਿ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਕੋਈ ਨਹੀਂ ਮਾਸੀ, ਅੰਦਰ 2 ਲੇਲੇ ਜੋ ਹੈਗੇ ਨੇ ਸਾਡੇ। ਬਹੁਤ ਅੱਛੇ ਲੇਲੇ, ਬੱਚਿਆਂ ਨੂੰ ਸਕੂਲ ਛੱਡ ਕੇ ਆਣਗੇ। ਬਸ ਵੈਗਨ ਦਾ ਆਖਰੀ ਸਹਾਰਾ ਸੀ, ਉਹ ਵੀ ਮੁੱਕ ਗਿਆ। ਹੁਣ ਮੇਰੇ ਕੋਲ ਕੋਈ ਸ਼ੈ ਨਹੀਂ। ਬਚ ਜਾਓ ਇਸ ਘਰੋਂ, ਲੈ ਜਾਓ ਆਪਣੀ ਖਾਲਾ, ਮੈਨੂੰ ਚਾਹੀਦੀ। ਲੈ ਜਾ ਉਦੋਂ ਕਿਹਾ ਜਦੋਂ ਲੈ ਜਾਣ ਤੇ ਵੀ 900 ਲੱਗਣਾ। ਕੀ ਬਕਵਾਸ ਕੀਤੀ ਹੋ?